ਫਗਵਾੜਾ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਅਤੇ ਥਾਣਿਆਂ ਵਿੱਚ ਲੋਕਾਂ ਦੀਆਂ ਪਈਆਂ ਦਰਖਾਸਤਾਂ ਦੇ ਨਿਪਟਾਰੇ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ ਫਗਵਾੜਾ ਵੱਲੋਂ ਜਰਨੈਲ ਨੰਗਲ ਦੀ ਅਗਵਾਈ ਹੇਠ ਐਸਪੀ ਦਫ਼ਤਰ ਫਗਵਾੜਾ ਦੇ ਬਾਹਰ ਧਰਨਾ ਦਿੱਤਾ ਗਿਆ। ਇਸ ਦੌਰਾਨ ਜਿੱਥੇ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਅਤੇ ਫਗਵਾੜਾ ਪੁਲਿਸ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ, ਉੱਥੇ ਹੀ ਜਰਨੈਲ ਨੰਗਲ ਨੇ ਕਿਹਾ ਕਿ ਫਗਵਾੜਾ ਸਬ ਡਿਵੀਜ਼ਨ ਵਿੱਚ ਪੁਲਿਸ ਪੀੜਤਾਂ ਨੂੰ ਇਨਸਾਫ਼ ਦੇਣ ਵਿੱਚ ਅਸਫਲ ਸਾਬਤ ਹੋ ਰਹੀ ਹੈ, ਜਿਸ ਕਾਰਨ ਇਨਸਾਫ਼ ਲੈਣ ਵਾਲੇ ਇਹ ਲੋਕ ਵੱਖ-ਵੱਖ ਥਾਣਿਆਂ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਦਫ਼ਤਰਾਂ ਦੇ ਚੱਕਰ ਲਗਾ ਲਗਾ ਕੇ ਪਰੇਸ਼ਾਨ ਹੋ ਚੁੱਕੇ ਹਨ। ਨੰਗਲ ਨੇ ਕਿਹਾ ਕਿ ਉਹਨਾਂ ਵੱਲੋਂ ਇਹਨਾਂ ਲੋਕਾਂ ਨੂੰ ਨਾਲ ਲੈ ਕੇ ਹੀ ਡੀਐਸਪੀ ਫਗਵਾੜਾ ਨੂੰ ਲਿਖਤੀ ਮੰਗ ਪੱਤਰ ਦੇ ਕੇ ਜਲਦ ਤੋਂ ਜਲਦ ਇਹਨਾਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦੀ ਵੀ ਬੇਨਤੀ ਕੀਤੀ ਗਈ ਸੀ, ਪਰੰਤੂ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਫਗਵਾੜਾ ਪੁਲਿਸ ਵੱਲੋਂ ਇਹਨਾਂ ਲੋਕਾਂ ਨੂੰ ਇਨਸਾਫ਼ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਜਦ ਹੁਣ ਉਹਨਾਂ ਵੱਲੋਂ ਐਸਪੀ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਤਾਂ ਸੀਨੀਅਰ ਅਧਿਕਾਰੀ ਮੌਕੇ ਤੇ ਮੌਜੂਦ ਨਹੀਂ ਸਨ। ਜਰਨੈਲ ਨੰਗਲ ਨੇ ਕਿਹਾ ਕਿ ਜੇਕਰ ਪੁਲਿਸ ਨੇ ਜਲਦ ਹੀ ਇਹਨਾਂ ਸ਼ਿਕਾਇਤਾਂ ਦਾ ਨਿਪਟਾਰਾ ਨਾ ਕੀਤਾ ਤਾਂ ਲੋਕ ਇਨਸਾਫ਼ ਪਾਰਟੀ ਪੁਲਿਸ ਵੱਲੋਂ ਸਤਾਏ ਹੋਏ ਲੋਕਾਂ ਨੂੰ ਨਾਲ ਲੈ ਕੇ 27 ਨਵੰਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਪੁਲਿਸ ਖਿਲਾਫ਼ ਮਹਾਂਪੰਚਾਇਤ ਕਰੇਗੀ। ਉਹਨਾਂ ਪੁਲਿਸ ਨੂੰ ਦਿੱਤੀਆਂ ਸ਼ਿਕਾਇਤਾਂ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 27 ਨਵੰਬਰ ਨੂੰ ਐਸਪੀ ਦਫ਼ਤਰ ਫਗਵਾੜਾ ਦੇ ਬਾਹਰ ਇਕੱਠੇ ਹੋਣ। ਅੱਜ ਅਸੀਂ ਲੋਕ ਇਨਸਾਫ਼ ਪਾਰਟੀ ਦੇ ਸਾਰੇ ਜ਼ਿੰਮੇਵਾਰ ਸਾਥੀ ਜਿਹੜੇ ਆ ਔਰ ਨਾਲ ਫਗਵਾੜੇ ਦੇ ਆਮ ਲੋਕ ਜਿਹੜੇ ਔਰ ਲੋਕ ਉਹ ਜਿਹੜੇ ਪੀੜਤ ਪੰਜਾਬ ਪੁਲਿਸ ਦੇ ਜਿਹੜੀ ਢਿੱਲ ਮੱਠ ਵਾਲੀ ਕਾਰਵਾਈ ਆ ਕਾਰਗੁਜ਼ਾਰੀ ਜਿਹੜੀ ਆ ਉਹ ਤੋਂ ਪੀੜਤ ਲੋਕ ਜਿਹੜੇ ਆ ਅੱਜ ਇੱਥੇ ਇਕੱਠੇ ਹੋਏ ਸੀ। ਅਸੀਂ ਤੁਹਾਨੂੰ ਯਾਦ ਹੋਏਗਾ ਕਿ ਅੱਜ ਤੋਂ ਇੱਕ ਹਫ਼ਤਾ ਪਹਿਲਾਂ ਅਸੀਂ ਮਾਨਯੋਗ ਡੀਐਸਪੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਸੀਗਾ ਔਰ ਉਸ ਮੰਗ ਪੱਤਰ ਦੇ ਵਿੱਚ ਬਹੁਤ ਸਾਰੇ ਅਸੀਂ ਮਸਲੇ ਚੁੱਕੇ ਸੀ ਜਿਹੜੇ ਸਾਲ ਡੇਢ ਡੇਢ ਸਾਲ ਤੋਂ ਪੈਂਡਿੰਗ ਪਏ ਆ। ਉਹ ਪੈਂਡਿੰਗ ਮਾਮਲੇ ਜਿਹੜੇ ਸੀਗੇ ਉਹ ਡੀਐਸਪੀ ਸਾਹਿਬ ਨੇ ਸਾਨੂੰ ਇਹ ਕਿਹਾ ਸੀ ਵੀ ਇੱਕ ਹਫ਼ਤੇ ਦੇ ਵਿੱਚ ਅਸੀਂ ਇਹ ਸਾਰੇ ਮਾਮਲੇ ਕਹਿੰਦੇ ਹੱਲ ਕਰਨ ਵਾਲੇ ਹੀ ਆ, ਕੋਈ ਨਹੀਂ ਨਿਬੇੜ ਦਿਆਂਗੇ, ਇੱਦਾਂ ਕਹਿਤਾ ਸੀ। ਔਰ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਅਗਰ ਨਾ ਨਿਬੜੇ ਤਾਂ ਸ਼ੁੱਕਰਵਾਰ ਨੂੰ ਅਸੀਂ ਪੁਲਿਸ ਦੇ ਖਿਲਾਫ਼ ਐਸਪੀ ਦਫ਼ਤਰ ਦੇ ਬਾਹਰ ਧਰਨਾ ਲਗਾਵਾਂਗੇ ਉਹਨਾਂ ਵਿਕਟਮ ਲੋਕਾਂ ਨੂੰ ਜਿਹੜੇ ਪੀੜਤ ਲੋਕ ਆ ਉਹਨਾਂ ਨੂੰ ਲੈ ਕੇ। ਅੱਜ ਪੀੜਤ ਲੋਕ ਇੱਥੇ ਆਏ ਸੀਗੇ, ਲੇਕਿਨ ਅਫਸੋਸ ਇਸ ਗੱਲ ਦਾ ਹੈ ਕਿ ਫਗਵਾੜੇ ਦੇ ਐਸਪੀ ਸਾਹਿਬ ਜਿਹੜੇ ਜ਼ਿੰਮੇਵਾਰ ਅਧਿਕਾਰੀ ਹੈ ਉਹ ਅੱਜ ਆਪਣਾ ਦਫ਼ਤਰ ਛੱਡ ਕੇ ਚਲੇ ਗਏ। ਡੀਐਸਪੀ ਸਾਹਿਬ ਜਿਨ੍ਹਾਂ ਨੇ ਉਸ ਦਿਨ ਮੰਗ ਪੱਤਰ ਲਿਆ ਸੀ ਇਹ ਗੱਲ ਕਹਿੰਦੇ ਸੀ ਵੀ ਕੋਈ ਨਹੀਂ ਜੀ ਮੈਂ ਐਸਪੀ ਸਾਹਿਬ ਨੂੰ ਤੁਹਾਡਾ ਮੰਗ ਪੱਤਰ ਪਹੁੰਚਾ ਦੂੰ, ਉਹ ਵੀ ਆਪਣਾ ਦਫ਼ਤਰ ਛੱਡ ਕੇ ਚਲੇ ਗਏ। ਤੋ ਫਗਵਾੜੇ ਦੇ ਵਿੱਚ ਇਨਸਾਫ਼ ਲੋਕਾਂ ਨੂੰ ਮਿਲਣ ਦੀ ਆਸ ਉਮੀਦ ਜਿਹੜੀ ਆ ਬਹੁਤ ਘੱਟ ਸਾਨੂੰ ਨਜ਼ਰ ਆ ਰਹੀ ਹੈ, ਕਿਉਂਕਿ ਮਾਮਲੇ ਇਦਾਂ ਦੇ ਸੰਗੀਨ ਆ ਜਿਨ੍ਹਾਂ ਦਾ ਮੈਂ ਜ਼ਿਕਰ ਜੇ ਹੁਣ ਮੈਂ ਕਰਨ ਲੱਗਾ ਤਾਂ ਇਹ ਬਹੁਤ ਲੰਬੀ ਗੱਲ ਹੋ ਜਾਣੀ ਹੈ। ਇਹਦੀ ਇੱਕ ਕਾਪੀ ਮੈਂ ਸਾਰੇ ਮੀਡੀਆ ਦੇ ਭਰਾਵਾਂ ਨੂੰ ਜਿਹੜੀ ਆ ਤੁਹਾਨੂੰ ਦੇ ਦਾਂਗਾ, ਲੇਕਿਨ ਇਹ ਮਾਮਲੇ ਜਿਹੜੇ ਹੈਗੇ ਆ ਲੰਬੇ ਸਮੇਂ ਤੋਂ ਲਟਕ ਰਹੇ ਆ ਔਰ ਅੱਜ ਜਦੋਂ ਕਿ ਇੱਥੋਂ ਦੇ ਐਡੀਸ਼ਨਲ SHO ਸਿਟੀ ਉਹ ਸਾਡੇ ਕੋਲ ਆਏ ਸੀ ਵੀ ਸਾਨੂੰ ਮੰਗ ਪੱਤਰ ਦੀ ਕਾਪੀ ਦੇ ਦਿਓ, ਤੋ ਅਸੀਂ ਇਹ ਗੱਲ ਜਿਹੜੀ ਆ ਸਾਡੇ ਜ਼ਿੰਮੇਵਾਰ ਸਾਥੀਆਂ ਨੇ ਅੱਜ ਫੈਸਲਾ ਕੀਤਾ ਹੈ ਕਿ ਇੱਕ ਹਫ਼ਤੇ ਦਾ ਜਿਹੜਾ ਅਸੀਂ ਇਹਨਾਂ ਨੂੰ ਅਗਲਾ ਟਾਈਮ ਤੱਕ, ਕਿਉਂਕਿ 19 ਤੱਕ ਅਸੀਂ ਬਿਜ਼ੀ ਹਾਂ, ਉਸ ਤੋਂ ਬਾਅਦ ਅਸੀਂ ਇੱਕ ਹਫ਼ਤੇ ਦਾ ਇਹਨਾਂ ਨੂੰ ਟਾਈਮ ਦਿੱਤਾ 27 ਤਰੀਕ ਨੂੰ, 27 ਨਵੰਬਰ ਦਿਨ ਸ਼ੁੱਕਰਵਾਰ ਨੂੰ ਅਸੀਂ ਫਗਵਾੜਾ ਪੁਲਿਸ ਦੇ ਖਿਲਾਫ਼ ਲੋਕਾਂ ਦੀ ਇੱਕ ਪੰਚਾਇਤ ਕਰਾਂਗੇ। ਪੁਲਿਸ ਦੇ ਖਿਲਾਫ਼ ਪੰਚਾਇਤ 27 ਤਰੀਕ ਨੂੰ ਸਵੇਰੇ ਅਸੀਂ 10 ਵਜੇ ਇੱਥੇ ਅਸੀਂ SP ਦਫ਼ਤਰ ਦੇ ਬਾਹਰ ਹੀ ਆਵਾਂਗੇ। ਆਹ ਜਿਹੜੇ ਮਾਮਲੇ ਆ ਇਹ ਤਾਂ ਅਸੀਂ ਦੱਸੇ ਦਿੱਤੇ ਆ, ਲੇਕਿਨ ਮੈਂ ਸੋਸ਼ਲ ਮੀਡੀਆ, ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ ਇਹਦੇ ਮਾਧਿਅਮ ਤੋਂ ਮੈਂ ਮਾਨਯੋਗ SSP ਸਾਹਿਬ ਨੂੰ ਵੀ ਇਹ ਬੇਨਤੀ ਕਰਦਾ, ਸਾਰੇ ਥਾਣਿਆਂ ਦੇ SHO ਸਾਹਿਬਾਨ ਨੂੰ ਬੇਨਤੀ ਕਰਦਾ ਕਿ ਤੁਹਾਡੇ ਥਾਣਿਆਂ 'ਚ ਜਿੰਨੀਆਂ ਵੀ ਪੈਂਡਿੰਗ ਦਰਖਾਸਤਾਂ ਨੇ ਉਹਨਾਂ ਦਾ ਨਿਪਟਾਰਾ ਕਰ ਦਿਓ। ਔਰ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਲੋਕ ਜਿਹੜੇ ਥਾਣਿਆਂ ਦੇ ਚੱਕਰ ਕੱਟ ਕੱਟ ਕੇ ਖੱਜਲ ਖੁਆਰ ਹੋ ਰਹੇ ਆ ਉਹ ਆਪਣੀ ਦਰਖਾਸਤ ਦੀ ਕਾਪੀ ਵਿਦ ਪਰੂਫ ਸਾਡੇ ਕੋਲ ਲੈ ਕੇ ਆਉਣ। ਅਸੀਂ 27 ਤਰੀਕ ਨੂੰ ਇੱਥੇ SP ਦਫ਼ਤਰ ਦੇ ਬਾਹਰ ਬੈਠ ਕੇ ਇਹਨਾਂ ਕੋਲ ਜਵਾਬ ਮੰਗਾਂਗੇ ਵੀ ਦੱਸੋ ਆਹ ਜਿਹੜੇ ਲੋਕ ਥਾਣਿਆਂ ਦੇ ਚੱਕਰ ਕੱਟ ਰਹੇ ਆ ਇਹਨਾਂ ਲੋਕਾਂ ਨੂੰ ਇਨਸਾਫ਼ ਕਿਉਂ ਨਹੀਂ ਦਿੱਤਾ ਜਾ ਰਿਹਾ। ਬੀਤੇ ਦਿਨ ਫਗਵਾੜਾ ਦੇ ਮਹੱਲਾ ਖਲਵਾੜਾ ਗੇਟ ਦੇ ਨੌਜਵਾਨ ਦੀ ਭੇਦ ਭਰੇ ਹਾਲਾਤਾਂ ਵਿੱਚ ਹੋਈ ਮੌਤ ਤੋਂ ਬਾਅਦ ਪੀੜਤ ਪਰਿਵਾਰ ਵੱਲੋਂ ਜਰਨੈਲ ਨੰਗਲ ਦਾ ਨਾਮ ਲਏ ਜਾਣ ਦੇ ਮਾਮਲੇ ਵਿੱਚ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਜਰਨੈਲ ਨੰਗਲ ਨੇ ਕਿਹਾ ਕਿ ਜਿਸ ਮਾਂ ਦੇ ਜਵਾਨ ਪੁੱਤਰ ਦੀ ਮੌਤ ਹੋ ਗਈ ਹੋਵੇ ਉਸ ਮਾਂ ਨਾਲ ਉਹਨਾਂ ਦੀ ਦਿਲੀ ਹਮਦਰਦੀ ਹੈ। ਉਹਨਾਂ ਕਾਂਗਰਸ ਪਾਰਟੀ ਦੇ ਕੁਝ ਨੇਤਾਵਾਂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਕਿਸੇ ਜਵਾਨ ਬੱਚੇ ਦੀ ਮੌਤ 'ਤੇ ਇਸ ਤਰ੍ਹਾਂ ਦੀ ਗੰਦੀ ਸਿਆਸਤ ਨਾ ਕਰੇ। ਉਹਨਾਂ ਕਿਹਾ ਕਿ ਉਹ ਨਾ ਤਾਂ ਉਸ ਮ੍ਰਿਤਕ ਬੱਚੇ ਨੂੰ ਜਾਣਦੇ ਸਨ ਤੇ ਨਾ ਹੀ ਉਸਦੇ ਪਰਿਵਾਰ ਨੂੰ। ਮਾਂ ਦੇ ਨਾਲ ਮੇਰੀ ਹਮਦਰਦੀ ਹੈ, ਦਿਲੋਂ ਹਮਦਰਦੀ ਹੈ। ਜਿਸ ਮਾਂ ਦਾ ਜਵਾਨ ਪੁੱਤ ਇਸ ਦੁਨੀਆ ਤੋਂ ਚਲੇ ਗਿਆ ਮੇਰੀ ਉਸ ਮਾਂ ਦੇ ਨਾਲ ਦਿਲੋਂ ਹਮਦਰਦੀ ਹੈ। ਕਿਸੇ ਦਾ ਪੁੱਤ ਚਲੇ ਜਾਣਾ ਬਹੁਤ ਦੁੱਖ ਦੀ ਗੱਲ ਹੈ, ਲੇਕਿਨ ਉਸ ਵੀਰ ਨੂੰ ਮੈਂ ਜਾਣਦਾ ਨਹੀਂ, ਮੈਨੂੰ ਨਹੀਂ ਪਤਾ ਉਹਦਾ ਨਾਂ ਕੀ ਸੀ, ਮੈਨੂੰ ਨਹੀਂ ਪਤਾ ਉਹ ਰਹਿੰਦਾ ਕਿੱਥੇ ਆ, ਮੈਨੂੰ ਨਹੀਂ ਪਤਾ ਵੀ ਉਹਦੇ 'ਤੇ ਕੀ ਕਿਸੇ ਨੇ ਪ੍ਰੈਸ਼ਰ ਪਾਇਆ, ਕਿਉਂਕਿ ਆਪਣਾ ਨਾਂ ਉਸ ਪਰਿਵਾਰ ਦੇ ਨਾਲ ਕੋਈ ਸੰਪਰਕ ਆ। ਆਹ ਜਿਹੜਾ ਰੂਟੀਨ ਦੇ ਵਿੱਚ ਅਸੀਂ ਮੰਗ ਪੱਤਰ ਦਿੱਤਾ ਇਹਦੇ ਵਿੱਚ ਇਹ 139 ਨੰਬਰ FIR ਆ ਜਿਹਦਾ ਕੱਲ੍ਹ ਜ਼ਿਕਰ ਮੈਂ ਮੀਡੀਆ ਥਰੂ ਸੁਣਿਆ। ਉਹ ਜਿਹੜਾ ਜ਼ਿਕਰ ਆ ਉਹਦਾ ਜਿਹੜੇ ਮੁੰਡੇ ਦੀ ਨੌਜਵਾਨ ਦੀ ਮੌਤ ਹੋਈ ਆ ਉਹਦਾ ਉਸ FIR 'ਚ ਨਾਮ ਨਹੀਂ, ਉਹਦੇ ਭਰਾ ਦਾ ਨਾਮ ਹੈ। ਕਹਿੰਦੇ ਦੱਸਦੇ ਆ ਵੀ ਉਹਦਾ ਭਰਾ ਸੀ ਉਹ,
और वह पुलिस ने उन्होंने मैनू नहीं पता पुलिस ने उन्होंने प्रैशराइज किया जी किया पुलिस ने अपने देखो पुलिस का काम है दोषी को पेश करवा दोषी से कार्रवाई करनी असी साडा काम है भी जिस परिवार को इंसाफ नहीं मिल रहा असी कही भी पुलिस असी तो होर भी साढ़े को दस इतना केस आएंगे लेकिन अगर वो कुदरती मौत हुई है ये आप दसते हैं थोड़े मीडिया के चैनल के माध्यम तो असं सुनिया भी उन्होंने क शायद उस वीर हार्ट अटैक कहते हुए वो कुदरती एक मौत है उस कुदरती मौत के उत्ते जिस परिवार के उत्ते इदा का भाणा वरत जाए जिस परिवार के इदा की कोई दुखदाई घटना हो जाए परिवार को नहीं सुरत रही होंगी लेकिन जेड़े लोग उस नौजवान पुत की लाश के उत्ते कुर्सी रख के राजनीति कर रहे मैं उन्होंने कहना चाहता कि तुम तो थोड़ी बहुत इस गल की संग करो आप समाजिक लोग हाँ किसी की मौत के उत्ते राजनीति कर रहे हो आ कांग्रेस पार्टी का जिहड़ा मार्केट कमेटी चेयरमैन मैं देखा धरने च जिला अपने शहरी प्रधान धरने के उन्हों की जिला प्रधान महिला वंग धरने के हो रहा किसी के लाश के उत्ते राजनीति करना कांग्रेस पार्टी के लीडर शोभा।